ਸਹਿਕਾਰੀ ਕੋਆਪਰੇਟਿਵ ਸੁਸਾਇਟੀ ਰੂੜੇ ਆਸਲ ਦੀ ਸਰਬਸੰਮਤੀ ਨਾਲ ਮੋਹਤਬਰਾ ਦੀ ਹਾਜ਼ਰੀ 'ਚ ਚੋਣ ਹੋ ਗਈ। ਇਸ ਮੌਕੇ ਸੁਖਵੰਤਦੀਪ ਸਿੰਘ ਨੂੰ ਪ੍ਰਧਾਨ, ਨਿਸ਼ਤਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਚੁਣੇ ਗਏ ਅਹੁਦੇਦਾਰਾਂ ਨੇ ਕਿਹਾ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਸੁਖਵੰਤਦੀਪ ਸਿੰਘ ਜੀ, ਕੀ ਪਿੰਡ ਕਿਹੜਾ? ਪਿੰਡ ਰੂੜੇ ਆਸਲ ਹੈ ਜੀ। ਅੱਜ ਇੱਥੇ ਇਕੱਠੇ ਹੋਏ ਸਾਰੇ ਭਰਾ, ਕਾਹਦੇ ਵਾਸਤੇ ਹੋਏ ਤੇ ਕੌਣ ਕੌਣ ਇੱਥੇ ਇਕੱਠਾ ਹੋਏ? ਇਹ ਅੱਜ ਇਲੈਕਸ਼ਨ ਕਰਨ ਵਾਸਤੇ ਇਕੱਠੇ ਹੋਏ ਆ। ਸਾਡੀ ਸਾਰਿਆਂ ਦੀ ਸਹਿਮਤੀ ਹੋਈ ਆ ਇਹਦੇ ਵਿੱਚ, ਮੈਨੂੰ ਇਹਨਾਂ ਪ੍ਰਧਾਨ ਚੁਣਿਆ ਵਾ, ਬਾਕੀ ਸਾਰੇ 7 ਮੈਂਬਰ ਜਿਹੜੇ ਇਹਦੇ ਵਿੱਚ ਮੌਜੂਦਾ ਹਾਜ਼ਰ ਹੋਏ ਆ, ਸਾਰਿਆਂ ਨੇ ਸਰਬਸੰਮਤੀ ਕਰਕੇ ਇਹਦੇ ਵਿੱਚ ਜਿਹੜਾ ਮੈਂਬਰ ਚੋਣ ਇਹ ਕਾਂਗਰਸ ਸਜਾਡੀ ਸਭਾ ਦੀ ਹੋਣੀ ਸੀ, ਜੋ ਸਾਡੇ ਮਿਲਖਾ ਸਿੰਘ ਹੋਣੀ ਉਹਨਾਂ ਦੀ ਡੈਥ ਹੋ ਗਈ, ਉਹਨਾਂ ਤੋਂ ਬਗੈਰ ਜਿਹੜਾ ਦੁਬਾਰਾ ਚੋਣ ਕੀਤੀ ਗਈ ਆ। ਉਹਦੇ ਵਿੱਚ ਸਰਬਸੰਮਤੀ ਸਾਰਿਆਂ ਵੀਰਾਂ ਭਰਾਵਾਂ ਨੇ ਪ੍ਰਗਟਾਈ, ਸਾਰਿਆਂ ਵੀਰਾਂ ਨੇ ਸਹਿਮਤੀ ਦੇ ਕੇ ਮੈਨੂੰ ਜਿਹੜਾ ਉਹ ਪ੍ਰਧਾਨ ਬਣਾਇਆ ਵਾ। ਸਾਰਿਆਂ ਮੈਂ ਪ੍ਰਗਟ ਸਿੰਘ, ਸਾਬਕਾ ਸਰਪੰਚ, ਇਹਨਾਂ ਸਾਰਿਆਂ ਭਰਾਵਾਂ ਦੀ ਸਹਿਮਤੀ ਨਾਲ ਅਸੀਂ ਇੱਥੇ ਚੋਣ ਕਰ ਲਈ ਆ ਅਤੇ ਸੁਖਵੰਤ ਸਿੰਘ ਨੂੰ ਜਿਹੜਾ ਆ ਉਹ ਪ੍ਰਧਾਨ ਚੁਣਿਆ ਗਿਆ, ਨਛੱਤਰ ਸਿੰਘ ਮੀਤ ਪ੍ਰਧਾਨ ਚੁਣਿਆ ਗਿਆ। ਐਗਰੀਕਲਚਰ ਕੋਆਪਰੇਟਿਵ ਸੁਸਾਇਟੀ ਰੂੜੇ ਆਸਲ। ਅਤੇ ਅੱਜ ਕਿੰਨੇ ਮੈਂਬਰ ਤੁਹਾਡੇ ਵੱਲ ਨੇ? ਅੱਜ 7 ਮੈਂਬਰ ਹਾਜ਼ਰ ਹੋਏ ਅਸੀਂ। ਕੌਣ ਕੌਣ ਨੇ? 8 ਦੇ ਵਿੱਚੋਂ ਸੁਖਵੰਤ ਸਿੰਘ, ਹਰਜਿੰਦਰ ਸਿੰਘ, ਅਨੋਕ ਸਿੰਘ, ਦਰਸ਼ਨ ਸਿੰਘ, ਪ੍ਰਗਟ ਸਿੰਘ, ਨਛੱਤਰ ਸਿੰਘ, ਅਵਤਾਰ ਸਿੰਘ। ਤੁਸੀਂ ਆਪਣੀ ਕਾਰਵਾਈ ਪਾਤੀ ਰਜਿਸਟਰ ਤੇ? ਹਾਂ ਜੀ, ਪਾਤੀ। ਹੁਣ ਇੱਥੇ ਕਿਸੇ ਨੇ ਆਉਣਾ ਸੀ ਤੇ ਆਏ ਨਹੀਂ, ਕੋਈ ਵੇਟ ਕਰਨ ਦੇ?